ਲੁਧਿਆਣੇ ਦੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਪਾਰਟੀ ਨੇ ਹਥਿਆਰਾਂ ਦੇ ਦਮ ਤੇ ਲੋਕਾਂ ਤੋਂ ਲੁੱਟ ਖੋਹ ਕਰਨ ਵਾਲੇ ਗੈਂਗਸਟਰ ਸ਼ਿਵਾ ਭੱਟੀ ਸਹਿਤ 6 ਆਰੋਪੀਆਂ ਨੂੰ 2 ਪਿਸਟਲ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ADCP ਗੁਰਪ੍ਰੀਤ ਸ਼ਿਕੰਦ ਨੇ ਦੱਸਿਆ ਕਿ ਆਰੋਪੀ ਸ਼ਿਵਾ ਨੇ ਕੁਝ ਦਿਨ ਪਹਿਲਾਂ ਸ਼ਰਾਬ ਦੇ ਅਹਾਤੇ 'ਚ ਤਾਬੜ ਤੋੜ ਫਾਇਰਿੰਗ ਕੀਤੀ ਸੀ ਅਤੇ ਆਰੋਪੀਆਂ 'ਚੋਂ ਸਿਰਫ ਸ਼ਿਵਾ ਤੇ ਅਲੱਗ ਅਲੱਗ ਥਾਣਿਆਂ 'ਚ 13 ਮੁਕੱਦਮੇ ਦਰਜ ਹਨ। ਸ਼ਿਕੰਦ ਨੇ ਕਿਹਾ ਕਿ ਆਰੋਪੀ ਦੂਜੇ ਜ਼ਿਲ੍ਹੇ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਲੁਧਿਆਣਾ ਆ ਜਾਂਦੇ ਸਨ। ਇਸ ਵਾਰ ਵੀ ਇਹਨਾਂ ਦੀ ਪਲੈਨਿੰਗ ਇੱਕ ਪੈਟਰੋਲ ਪੰਪ ਨੂੰ ਲੁੱਟਣ ਦੀ ਸੀ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਮਹਾਰਾਜਾ ਲੋਧੀ ਦੇ ਪੁਰਾਣੇ ਕਿਲੇ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਆਰੋਪੀਆਂ ਤੋਂ 2 ਪਿਸਟਲ, 6 ਜ਼ਿੰਦਾ ਕਾਰਤੂਸ ਦੇ ਇਲਾਵਾ 3 ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਫਿਲਹਾਲ ਆਰੋਪੀਆਂ ਤੇ ਮਾਮਲਾ ਦਰਜ ਕਰ ਮਾਣਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕਰਕੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦਿਨਾਂ 'ਚ ਜਿਹੜਾ ਇੰਸੀਡੈਂਟ ਹੋਇਆ ਸੀ ਜਿਹਦੇ 'ਚ ਸ਼ਿਵਾ ਭੱਟੀ ਅਤੇ ਇੱਕ ਉਹਦੇ ਨਾਲ ਪਾਰਚੇ ਨੇ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕੀਤੀ ਸੀ ਇਲਾਕੇ 'ਚ, ਅਤੇ ਇੱਕ ਪੰਮੀ ਸੀ ਉਹਦੇ ਮੁੰਡੇ ਨੂੰ ਇਹਨੇ ਗੋਲੀਆਂ ਮਾਰੀਆਂ ਸੀ ਹੱਥ 'ਚ ਬੈਠੇ, ਕਿਉਂਕਿ ਉਸ ਫੈਮਿਲੀ ਨਾਲ ਇਹਦਾ ਪੁਰਾਣਾ ਦੁਸ਼ਮਣੀ ਚੱਲੀ ਆ ਰਹੀ ਸੀ। ਤਾਂ ਉਸ ਸਿਲਸਿਲੇ 'ਚ ਉਦੋਂ ਵੀ ਜਦੋਂ ਦਾ ਇੰਸੀਡੈਂਟ ਹੋਇਆ, ACP ਸਰਦਾਰ ਵਰਿਆਮ ਸਿੰਘ ਅਤੇ ਇੰਸਪੈਕਟਰ ਸਤਵੰਤ ਸਿੰਘ ਡਿਵੀਜ਼ਨ ਨੰਬਰ 4 ਦੇ ਜਿਹੜੇ SHO ਨੇ ਇਹ ਮਗਰ ਲੱਗੇ ਹੋਏ ਸੀ, ਜਿਹਦੇ 'ਚ ਇਹਨਾਂ ਨੇ ਜਿਹੜਾ ਮੇਨ ਗੈਂਗ ਲੀਡਰ ਸ਼ਿਵਾ ਭੱਟੀ ਅਤੇ ਉਹਦੇ ਨਾਲ ਦੇ 5 ਹੋਰ ਉਹਦੇ ਸਾਥੀ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਤੋਂ 2 ਵੈਪਨ ਮਿਲੇ ਨੇ, ਇੱਕ ਤਾਂ ਉਹ ਵੈਪਨ ਆ ਜਿਹੜਾ ਉਦੋਂ ਯੂਜ਼ ਹੋਇਆ ਸੀ 32 ਬੋਰ ਦਾ, ਜਿਹਦੇ 5 ਫਾਇਰ ਕੀਤੇ ਸੀ, ਉਹਦੇ ਨਾਲ 2 ਹੋਰ ਕਾਰਤੂਸ ਮਿਲੇ ਨੇ, ਪਲੱਸ ਇੱਕ ਦੇਸੀ ਕੱਟਾ 315 ਬੋਰ ਦਾ, ਉਹਦੇ ਨਾਲ 4 ਕਾਰਤੂਸ ਮਿਲੇ ਨੇ। ਉਹ ਹੁਣ ਪੁੱਛ ਗਿੱਛ ਪਤਾ ਲੱਗਿਆ ਵੀ ਇਹ UP ਤੋਂ ਜਿਹੜਾ 32 ਬੋਰ ਦਾ ਉਹ ਤਾਂ 30,000 ਦਾ ਲੈ ਕੇ ਆਇਆ ਸੀ, ਅਤੇ ਜਿਹੜਾ ਕੱਟਾ ਸੀ ਉਹ 2,000 ਦਾ ਲੈਣਾ ਸੀ। ਇਸ ਤੋਂ ਬਿਨਾਂ ਇਹਨਾਂ ਨੇ ਫਿਰੋਜ਼ਪੁਰ ਏਰੀਏ 'ਚ ਇਹਦੇ ਨਾਲ ਦਾ ਇੱਕ ਪਹਿਲਾਂ ਆਪਣੇ ACP ਸਰਦਾਰ ਵਰਿਆਮ ਸਿੰਘ ਨੇ ਫੜਿਆ ਸੀ, ਫਿਰੋਜ਼ਪੁਰੀਆ ਕਾਲਾ ਫਿਰੋਜ਼ਪੁਰੀਆ, ਚਿੱਟਾ ਮਿਲਿਆ ਸੀ ਉਹਦੇ ਤੋਂ 250 ਗ੍ਰਾਮ, ਉਹ ਹੁਣ ਜੇਲ੍ਹ 'ਚ ਹੀ ਆ। ਇਹ ਵੀ ਇੱਥੋਂ ਜਾ ਕੇ ਇਹਨੂੰ ਕਿਉਂਕਿ ਪੁਲਿਸ ਇੱਥੋਂ ਐਕਟਿਵ ਹੋਈ ਹੋਈ ਸੀ, ਫਿਰੋਜ਼ਪੁਰ ਜਾ ਕੇ ਵਾਰਦਾਤਾਂ ਕਰਦੇ ਸੀ ਲੁੱਟਾਂ ਖੋਹਾਂ ਦੀ, ਕੁਝ ਪੈਟਰੋਲ ਪੰਪ ਲੁੱਟ ਲਿਆ, ਸਵਾਰੀਆਂ ਲੁੱਟਣੀਆਂ, ਇਸ ਤਰ੍ਹਾਂ ਦੀਆਂ ਬਹੁਤ ਵਾਰਦਾਤਾਂ ਕੀਤੀਆਂ ਇਹਨਾਂ ਨੇ। ਉਹ ਹੁਣ ਰਿਮਾਂਡ ਲਿਆ ਇਹਨਾਂ ਦਾ, ਉਹ ਜਿਹੜੀ ਜਿਹੜੀ ਵੀ ਅੱਗੇ ਇਹਦੀ ਆਊਟਕਮ ਆਊਗੀ ਉਹ ਫਿਰ ਤੁਹਾਨੂੰ ਦੱਸਦੇ ਹਾਂ। ਕਿੰਨੇ ਬੰਦੇ ਬਣੇ ਅਸੀਂ ਫਿਲਹਾਲ ਹੁਣ ਉਹ ਪਾਰਚੇ ਤੋਂ ਬਿਨਾਂ ਸਾਰਾ ਗੈਂਗ ਹੈ ਫੜ ਲਿਆ, ਇਹ ਤਕਰੀਬਨ 6 ਬੰਦਿਆਂ ਦਾ ਗੈਂਗ ਹੈ। ਫੜੇ ਜਿਵੇਂ ਪੁਲਿਸ ਆਪਣੇ ਨਾਕਾ ਲੱਗਿਆ ਹੋਇਆ ਸੀਗਾ ਉੱਥੇ ਕਾਬੂ ਆ ਗਏ, ਇਨਫੋਰਮੇਸ਼ਨ ਸੀਗੀ ਸਾਨੂੰ। ਨਹੀਂ ਜਿਹੜਾ ਸ਼ਿਵਾ ਇਹ ਥੋੜ੍ਹਾ ਬਹੁਤਾ ਦਾਰੂ ਵੀ ਪੀ ਲੈਂਦਾ, ਚਿੱਟਾ ਵੀ ਲਾਉਂਦਾ, ਸਾਰਾ ਕੁਛ ਹੀ ਕਰ ਲੈਂਦਾ, ਪਰ ਜਿਹੜੇ ਦੂਜੇ ਨੇ 3-4 ਉਹ ਹਾਲੇ ਮਤਲਬ ਚਿੱਟੇ ਤੇ ਨਹੀਂ ਹੈਗੇ, ਉਹ ਡਰਿੰਕ ਵਗੈਰਾ ਕਰਦੇ ਨੇ। ਸਾਰੇ ਪੰਜਾਬੀ ਨੇ, ਮਿਕਸ ਜਿਹਾ ਹੈਗਾ, ਪੰਜਾਬੀ ਵੀ ਨੇ ਔਰ ਕੁਛ UP ਦੇ ਵੀ ਨੇ 2 ਮੁੰਡੇ। ਇਹਨਾਂ ਸਰ ਪਹਿਲਾਂ ਵੀ ਮਾਮਲੇ ਕਰਦੇ ਨੇ? 13 ਮੁਕੱਦਮੇ ਸ਼ਿਵਾ ਭੱਟੀ ਦੇ ਨੇ, ਅਤੇ 2 'ਚ PO ਆ 2 ਕੇਸਾਂ 'ਚੋਂ, ਅਤੇ ਜਿਹੜਾ ਪਾਰਚਾ ਉਹ ਹਾਲੇ ਨਵਾਂ ਨਵਾਂ ਇਹਦੇ ਨਾਲ ਰਲਿਆ ਸੀਗਾ। ਬਾਕੀਆਂ 'ਤੇ ਕੋਈ ਜੇਬ ਕਤਰੇ ਦਾ ਇਸ ਤਰ੍ਹਾਂ ਛੋਟੇ ਛੋਟੇ ਪਿਟੀ ਓਫੈਂਸ ਹੈਗੇ ਨੇ। ਹਾਂ ਉਹ ਸਾਨੂੰ ਪਤਾ ਲੱਗ ਗਿਆ, ਉਹ ਸਾਡੀਆਂ ਟੀਮਾਂ ਉੱਧਰ ਪਹੁੰਚੀਆਂ ਹੋਈਆਂ ਨੇ, ਉੱਥੇ ਉਹ ਬਹੁਤ ਜਲਦੀ ਉਹਨਾਂ ਨੂੰ ਵੀ ਫੜ ਲਾਂਗੇ। ਸਰ ਕਿੰਨੀ ਏਜ ਦੇ ਕਿੰਨੇ?
ਸ਼ਿਵਾ ਪੱਟੀ ਹੈ ਕੋਈ 25 ਸਾਲ ਦਾ, ਮਤਲਬ 25 ਤੋਂ 22 ਸਾਲ ਦੇ ਵਿੱਚ ਵਿੱਚ ਹੀ ਸਾਰੇ ਸਾਲ ਕਰ ਦਿੱਤੇ। ਸਰ ਇਹ ਗੈਂਗ ਕਦੋਂ ਦਾ ਬਣਿਆ ਹੋਇਆ ਇਹਨਾਂ ਦਾ? ਸ਼ਿਵਾ ਪੱਟੀ ਦਾ ਬਹੁਤ ਪੁਰਾਣਾ, ਇੱਥੋਂ ਦਾ ਦਿਨ ਤਾਂ ਪਾਤੀ ਬੰਦੇ ਇਹਨਾਂ ਦੇ ਨਾਲ ਜੁੜੇ ਨੇ। ਇਹ ਜਦੋਂ ਪਿੱਛੇ ਵੀ ਜੇਲ੍ਹ 'ਚ ਗਿਆ ਸੀਗਾ ਇਹ, ਉਸ ਵੇਲੇ ਇਹਨਾਂ ਦੀ ਇਹ ਨਵੀਂ ਫਾਰਮੇਸ਼ਨ ਹੋਈ ਹੈ। ਜਦੋਂ ਵੀ ਇਹ ਜੇਲ੍ਹ 'ਚੋਂ ਬਾਹਰ ਆਉਂਦਾ, ਇੱਕ ਦੋ ਆਪਣੇ ਨਵੇਂ ਸਾਥੀ ਉੱਥੋਂ ਬਣਾ ਕੇ ਹੀ ਆਉਂਦਾ ਵਾਪਸ। ਲਾਸਟ ਕਦੋਂ ਬਾਹਰ ਆਇਆ? ਇਹਨੂੰ ਆਏ ਨੂੰ ਹੋ ਗਏ ਤਕਰੀਬਨ 6-7 ਮਹੀਨੇ ਪਹਿਲਾਂ ਆਇਆ ਸੀ। ਉਸ ਤੋਂ ਬਾਅਦ ਇਹੀ ਕੰਮੀ ਦੇ ਮੁੰਡੇ ਨੇ ਇਹਦੇ 'ਤੇ ਅਟੈਕ ਕੀਤਾ ਸੀ ਔਰ ਬੈਡਲੀ ਇੰਜਰ ਮਸਾਂ ਬਚਿਆ। ਉਹ ਠੀਕ ਠੂਕ ਹੋ ਕੇ ਇਹ ਜਦੋਂ ਮੇਰਾ ਖਿਆਲ ਇਹਨੂੰ 1 ਮਹੀਨਾ ਹੋ ਗਿਆ, ਚੱਲਣ ਫਿਰਨ ਜੋਗਾ ਹੋ ਗਿਆ ਸੀ। ਉਸ ਤੋਂ ਬਾਅਦ ਇਹਨੇ ਆਹ ਵਾਰਦਾਤ ਕਰਤੀ। ਲੁੱਟਿਆ ਇਹਨੇ ਪੈਟਰੋਲ ਪੰਪ ਤੇ, ਇੱਕ ਦੋ ਵਾਰਦਾਤਾਂ ਕੀਤੀਆਂ, 14-15 ਵਾਰਦਾਤਾਂ ਕਰਕੇ। ਬੁਲਾਨ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।